ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਪੰਜਾਬ ਦਾ ਪਿੰਡ ਮਹਿਮਾ, ਜਿੱਥੇ ਅੰਮ੍ਰਿਤ ਵੇਲੇ ਹੀ ਨਸ਼ੇੜੀਆਂ ਦੀ ਲੱਗ ਜਾਂਦੀ ਹੈ ਲਾਈਨ ਨਸ਼ਾ ਖਰੀਦਣ ਵਾਸਤੇ। ਤੇ ਇੱਥੇ ਚਾਰ ਉਂਗਲੀ ਇਧਰੋਂ ਆ ਜਾਂਦੇ ਨੇ, ਚਾਰ ਉਂਗਲੀ ਇਧਰੋਂ ਆ ਜਾਂਦੇ ਨੇ, ਕੋਈ ਸਮੈਕ ਦਾ ਪਤਾ ਕਰਦਾ ਫਿਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਮੁਹਿੰਮਾਂ ਵਿੱਢੀਆਂ ਗਈਆਂ ਨੇ ਕਿ ਨਸ਼ੇ ਨੂੰ ਠੱਲ ਪਾਣੀ ਹੈ। ਬਹੁਤ ਸਾਰੇ ਪੰਜਾਬ ਦੇ ਪਿੰਡ ਵੀ ਅਜਿਹੇ ਨੇ ਜਿਹਨਾਂ ਨੇ ਆਪ ਆਪਣੇ ਹੱਥ ਦੇ ਵਿੱਚ ਲਗਾਮ ਫੜ ਲਈ ਹੈ ਨਸ਼ੇ ਵਿਰੁੱਧ ਕਾਰਵਾਈ ਕਰਨ ਦੀ, ਕਿ ਅਗਰ ਸਰਕਾਰਾਂ ਦੇ ਕੋਲੋਂ ਠੱਲ ਨਹੀਂ ਪੈਂਦੀ ਤਾਂ ਘੱਟੋ ਘੱਟ ਅਸੀਂ ਆਪਣਾ ਪਿੰਡ ਤਾਂ ਬਚਾ ਹੀ ਸਕਦੇ ਹਾਂ। ਹਾਲ ਹੀ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਪਿੰਡ ਮਹਿਮਾ ਦੀ ਦੱਸੀ ਜਾ ਰਹੀ ਹੈ। ਇਸ ਪਿੰਡ ਦਾ ਆਖਿਰ ਕੀ ਹਾਲ ਹੈ, ਪਿੰਡ ਦਾ ਹੀ ਇੱਕ ਵਿਅਕਤੀ ਉਸ ਚੀਜ਼ ਨੂੰ ਬਿਆਨ ਕਰ ਰਿਹਾ। ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਇਹ ਦੁਕਾਨਾਂ ਖੋਲ੍ਹਣ ਵਾਸਤੇ ਪਹੁੰਚਦੇ ਨੇ ਤਾਂ ਕਿੱਦਾਂ ਨਸ਼ੇੜੀ ਲਾਈਨ ਲਾ ਕੇ ਪਿੰਡ ਦੇ ਮੇਨ ਚੌਂਕ 'ਤੇ ਖੜ੍ਹੇ ਹੁੰਦੇ ਨੇ ਨਸ਼ਾ ਖਰੀਦਣ ਵਾਸਤੇ, ਅਤੇ ਗਲਤੀ ਦੇ ਨਾਲ ਇੱਕ ਨਸ਼ੇੜੀ ਨੇ ਇਸ ਸਿੱਖ ਨੌਜਵਾਨ ਤੋਂ ਨਸ਼ੇ ਦੀਆਂ ਗੋਲੀਆਂ ਮੰਗ ਲਈਆਂ ਅਤੇ ਪੈਸੇ ਵੀ ਦੇ ਦਿੱਤੇ। ਉਸ ਤੋਂ ਬਾਅਦ ਕੀ ਹੋਇਆ ਤੁਸੀਂ ਆਪ ਵੇਖੋ, ਕਿੱਦਾਂ ਇਸ ਵੀਰ ਨੇ ਸਰਕਾਰ ਨੂੰ ਵੀ ਲਾਹਣਤਾਂ ਪਾਈਆਂ ਅਤੇ ਵਿਧਾਇਕਾਂ ਨੂੰ ਵੀ। ਤੁਹਾਡਾ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲਾ ਹੈ ਗੁਰਮੁਖੋ ਪਿਆਰਿਓ, ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਰਾਣਾ ਗੁਰਮੀਤ ਸਿੰਘ ਸੋਢੀ MLA ਹਲਕਾ ਗੁਰੂਰ ਸਾਹਿਬ, ਉਹਨਾਂ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਪਿੰਡ ਮਹਿਮੇ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਆਹ ਸ਼ਖਸੀਅਤਾਂ ਜਿਹੜੀਆਂ ਨੇ, 500 ਰੁਪਈਆ ਜਿਹੜਾ ਮੇਰੇ ਹੱਥ ਦੇ ਵਿੱਚ ਆਹ 500 ਰੁਪਈਆ, ਇਹ 500 ਰੁਪਈਏ ਦੀਆਂ ਨਸ਼ੇ ਵਾਲੀਆਂ ਗੋਲੀਆਂ ਲੈਣ ਵਾਸਤੇ ਪਹੁੰਚਿਆ। ਤੇ ਮੇਰੇ ਪਿੰਡ ਦੇ ਵਿੱਚ ਦੋਵੇਂ ਸਿਆਸੀ ਧਿਰਾਂ, ਕਾਂਗਰਸ ਦੀ ਵੀ ਤੇ ਅਕਾਲੀ ਦਲ ਦੀ ਵੀ, ਜਿਹੜੇ ਸਰਪੰਚੀ ਦੇ ਇਲੈਕਸ਼ਨ ਵੀ ਲੜਦੇ ਨੇ, MLA MP ਦੇ ਇਲੈਕਸ਼ਨ ਵੀ ਲੜਦੇ ਨੇ, ਤੇ ਜਿਨ੍ਹਾਂ ਦੇ ਨੱਕ ਦੇ ਥੱਲੇ ਨਸ਼ੇ ਦਾ ਕਾਰੋਬਾਰ ਖੁੱਲੇ ਤੌਰ ਤੇ ਹੋ ਰਿਹਾ, ਸਮੈਕ ਇੱਥੋਂ ਵਾਧੂ ਮਿਲਦੀ ਏ, ਗੋਲੀਆਂ ਇੱਥੋਂ ਵਾਧੂ ਮਿਲਦੀਆਂ ਨੇ। ਅੰਮ੍ਰਿਤ ਵੇਲਾ ਅਜੇ ਅਸੀਂ ਆਣ ਕੇ ਆਪਦੀਆਂ ਦੁਕਾਨਾਂ ਨਹੀਂ ਖੋਲੀਆਂ, ਕਲੀਨਿਕ ਖੋਲੇ ਨਹੀਂ ਗੇ। ਤੇ ਇੱਥੇ ਚਾਰ ਉਂਗਲੀ ਇਧਰੋਂ ਆ ਜਾਂਦੇ ਨੇ, ਚਾਰ ਉਂਗਲੀ ਇਧਰੋਂ ਆ ਜਾਂਦੇ ਨੇ, ਕੋਈ ਸਮੈਕ ਦਾ ਪਤਾ ਕਰਦਾ ਫਿਰਦਾ, ਕੋਈ ਕਿਸੇ ਦਾ ਪਤਾ ਕਰਦਾ ਫਿਰਦਾ। ਮੈਂ ਇੱਥੇ ਪੁਲਿਸ ਨੂੰ ਵੀ ਪੁੱਛਣਾ ਚਾਹੁੰਦਾ ਕਿ ਜੇਕਰ ਪੰਜਾਬ ਦੇ ਲੋਕਾਂ ਨੂੰ, ਦੁਕਾਨਦਾਰਾਂ ਨੂੰ ਜਿਹੜੇ ਆਪਦੀਆਂ ਘਰਾਂ 'ਚ ਬੈਠੇ ਨੇ, ਉਹਨਾਂ ਨੂੰ ਇਹਨਾਂ ਨਸ਼ੇੜੀਆਂ ਦਾ ਪਤਾ ਲੱਗ ਜਾਂਦਾ, ਗੋਲੀਆਂ ਵੇਚਣ ਵਾਲਿਆਂ ਦਾ ਪਤਾ ਲੱਗ ਜਾਂਦਾ, ਗੋਲੀਆਂ ਖਾਣ ਵਾਲਿਆਂ ਦਾ ਪਤਾ ਲੱਗ ਜਾਂਦਾ, ਤੇ ਸਰਕਾਰ ਜੀ ਤੁਸੀਂ 90,000 ਰੁਪਈਆ ਤਨਖਾਹ ਲੈ ਕੇ ਤੇ ਕਿਹੜੀ ਖੁੱਡ 'ਚ ਸੁੱਤੇ ਪਏ ਜੇ? MLA ਸਾਹਿਬ ਰਾਣਾ ਗੁਰਮੀਤ ਸਿੰਘ ਸੋਢੀ ਜੀ, ਤੁਹਾਡੀਆਂ ਗੱਡੀਆਂ ਦੇ ਅੱਗੇ ਹੂਟਰ ਮਾਰਦੀਆਂ ਪੁਲਿਸ ਦੀਆਂ ਗੱਡੀਆਂ ਹੁੰਦੀਆਂ ਨੇ, ਪਿੱਛੇ ਤੁਹਾਡੇ ਲੋਕ ਲੱਗੇ ਹੁੰਦੇ ਨੇ, ਤੇ ਉਹ ਲੋਕ ਹੀ ਤੁਹਾਡੇ ਅੱਗੇ ਚੱਕ ਚੱਕ ਕੇ ਤੇ ਰਸਗੁੱਲੇ, ਗੁਲਾਬ ਜਾਮਣਾ ਤੇ ਸਿਆਂ ਦੀਆਂ ਪੇਟੀਆਂ ਖੋਲ ਦਿੰਦੇ ਨੇ, ਤੇ ਤੁਹਾਨੂੰ ਖਵਾਉਂਦੇ ਨੇ ਬਦਾਮ, ਤੇ ਤੁਸੀਂ SSP ਨਾਲ ਰਲ ਕੇ, ਤੁਸੀਂ SHO ਨਾਲ ਰਲ ਕੇ, ਤੁਸੀਂ DSP ਨਾਲ ਰਲ ਕੇ, ਡਰੱਗ ਇੰਸਪੈਕਟਰਾਂ ਦੇ ਨਾਲ ਰਲ ਕੇ, ਤੇ ਤੁਸੀਂ ਸਾਡੇ ਪਿੰਡ ਦੇ ਵਿੱਚ ਸ਼ਰੇਆਮ ਗੋਲੀਆਂ ਤੁਹਾਡੀ ਪੁਲਿਸ ਦੇ ਤੁਸੀਂ ਵਿਕਾਰ ਹੈ ਜੇ। ਜਿਹੜਾ ਪ੍ਰਭਾਵ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਆ ਖੜਾ ਨਸ਼ੇ ਦਾ ਵਪਾਰੀ ਗੋਲੀਆਂ ਖਰੀਦਣ ਵਾਲਾ, ਤੇ ਦੂਜੇ ਬੰਨੇ ਸਾਡੇ ਆ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਸਕੂਲ ਜਾਣ ਵਾਸਤੇ, ਇੱਥੇ ਸਾਡੇ ਕੋਲ 40 ਜਣੇ ਆਉਂਦੇ ਹਨ, ਤੇ ਉਹ ਬੱਚੇ ਸਕੂਲ ਜਾਣ ਵਾਸਤੇ ਜਦੋਂ ਆਉਂਦੇ ਹਨ ਤੇ ਉਂਗਲੀ ਗਾਹ ਕੱਤੀ ਫਿਰਦੇ ਹੁੰਦੇ ਹਨ ਗੋਲੀਆਂ ਖਰੀਦਣ ਵਾਲੇ, ਸਮੈਕ ਖਰੀਦਣ ਵਾਲੇ, ਸਾਡੇ ਬੱਚਿਆਂ ਦੇ ਕੀ ਅਸਰ ਪੈ ਰਿਹਾ ਹੈ? ਜੇ ਤੁਹਾਡਾ ਢਾਂਚਾ ਇਸੇ ਤਰ੍ਹਾਂ ਦਾ ਰਿਹਾ, ਅਸੀਂ ਤੁਹਾਡੀਆਂ ਗੱਡੀਆਂ ਜਦੋਂ ਪਿੰਡ ਦੇ ਵਿੱਚ ਵੜਨ ਕਰਨਗੀਆਂ ਆਣ ਕੇ ਸਿਆਸੀ ਲੀਡਰਾਂ ਦੀਆਂ, ਉਹਨਾਂ ਨੂੰ ਘੇਰਾਂਗੇ,
ਉਹਨਾਂ ਦੇ ਤੁਹਾਡੇ ਉੱਤੇ ਕਾਲੇ ਤੇਲ ਦੇ ਨਾਲ ਅਸੀਂ ਵਰਖਾ ਕਰਾਂਗੇ, ਕਾਲਾ ਮੂੰਹ ਕਰਾਂਗੇ ਤੁਹਾਡਾ, ਜੇਕਰ ਤੁਸੀਂ ਸਿਆਸੀ ਲੋਕਾਂ ਨੇ ਸਾਡੇ ਪੰਜਾਬ ਦੇ ਮਾਹੌਲ ਨੂੰ ਇੰਨਾ ਗੰਧਲਾ ਕੀਤਾ। ਨਹੀਂ ਤਾਂ ਇਸ ਬੰਦੇ ਦਾ ਸ਼ਕਲ ਵੇਖੋ, ਚੰਗੀ ਤਰ੍ਹਾਂ ਭੂਰੇ ਪਿੰਡ ਦਾ ਹੈ। ਆਹ 500 ਰੁਪਇਆ ਗੋਲੀਆਂ ਵਾਸਤੇ ਇਹਨੇ ਲਿਆ ਕੇ ਮੈਨੂੰ ਫੜਾਇਆ ਹੈ ਕਿ ਸਾਨੂੰ ਫਲਾਣਾ ਪਿੰਡ ਦਾ। ਮੈਂ ਹਾਂ ਮੇਰਾ ਨਾਂ ਹੀ ਹੈ, ਮੈਂ ਨਾਂ ਨੀ ਲੈਣਾ ਚਾਹੁੰਦਾ ਉਹਦਾ, ਵੀ ਮੇਰਾ ਨਾਂ ਹੀ ਹੈ ਤੇ ਇਹਨੇ 500 ਰੁਪਇਆ ਗੋਲੀਆਂ ਵਾਸਤੇ ਮੈਨੂੰ ਫੜਾਇਆ। ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੇ ਪਿੰਡ ਦੇ ਵਿੱਚ ਇਹ ਨਸ਼ੇ ਦਾ ਵਪਾਰ ਚੱਲਦਾ ਹੈ। ਕਿ ਤੁਹਾਡੀ ਲੱਖ ਲੱਖ ਰੁਪਇਆ ਲੈਣ ਵਾਲੀ ਪੁਲਿਸ, ਤੁਹਾਡੀ 2-2 ਲੱਖ ਰੁਪਇਆ ਲੈਣ ਵਾਲੇ ਜਿਹੜੇ ਐਡਮਿਨਿਸਟ੍ਰੇਸ਼ਨ, SDM, DC ਵਗੈਰਾ ਜਿੰਨੇ ਵੀ ਨੇ, ਸੁੱਤੇ ਪਏ ਨੇ। ਤੁਸੀਂ ਨਾਅਰੇ ਮਾਰੇ ਸੀ 4 ਦਿਨ ਦੇ ਵਿੱਚ ਨਸ਼ਾ ਖਤਮ ਕਰਾਂਗੇ, ਤੁਸੀਂ 4 ਸਾਲਾਂ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਦੇਣਾ। ਕੁੜੀਆਂ ਵੀ ਨਸ਼ੇ ਦੇ ਲੱਗ ਗਈਆਂ ਨੇ। ਭਰੇ ਦਿਲ ਨਾਲ ਮੈਂ ਕਹਿੰਦਾ, ਜਦੋਂ ਤੁਹਾਡੀ MLA, MP ਦੀ, SDM, DC, SSP ਕੋਈ ਵੀ ਆਵੇਗਾ ਪਿੰਡ 'ਚ, ਚਾਹੇ ਮੈਨੂੰ ਜੇਲ੍ਹ 'ਚ ਰਹਿਣਾ ਪਏ, ਚਾਹੇ ਮੈਨੂੰ ਮਰਨਾ ਪਏ, ਮੈਂ ਤੁਹਾਡੇ ਉੱਤੇ ਕਾਲੇ ਤੇਲ ਦੀ ਵਰਖਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਕਿਤੇ ਨਾ ਕਿਤੇ ਇਹੀ ਹਾਲ ਹੈ ਅਸਲ ਪੰਜਾਬ ਦਾ। ਜਿਹੜੇ ਪਿੰਡ ਸੁਚੇਤ ਹੋ ਗਏ ਨੇ, ਜਿਹਨਾਂ ਨੇ ਆਪਣੇ ਹੱਥ ਦੇ ਵਿੱਚ ਲਗਾਮ ਫੜ ਲਈ ਹੈ ਕਿ ਅਸੀਂ ਪਿੰਡ ਦੇ ਵਿੱਚ ਨਾ ਨਸ਼ੇੜੀ ਰਹਿਣ ਦੇਣੇ ਨੇ ਅਤੇ ਨਾ ਨਸ਼ਾ ਤਸਕਰ, ਸ਼ਾਇਦ ਉਹ ਪਿੰਡ ਦੀ ਕੱਲ੍ਹ ਦੀ ਜਵਾਨੀ ਬਚ ਜਾਵੇ। ਨਹੀਂ ਤਾਂ ਜਿਸ ਹਿਸਾਬ ਦੇ ਨਾਲ ਸਰਕਾਰਾਂ ਪਿੱਛੇ ਕੰਮ ਕਰਦੀਆਂ ਆਈਆਂ ਨੇ, ਜਿਸ ਹਿਸਾਬ ਦੇ ਨਾਲ ਚਿੱਟੇ ਦੀ ਨਸ਼ਾ ਤਸਕਰੀ ਹੁੰਦੀ ਆਈ ਹੈ, ਜਿਸ ਹਿਸਾਬ ਦੇ ਨਾਲ ਆਏ ਦਿਨ ਪੁਲਿਸ ਵੱਡੀਆਂ ਨਸ਼ੇ ਦੀਆਂ ਖੇਪਾਂ ਬਰਾਮਦ ਕਰ ਰਹੀ ਹੈ, ਉਸ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਨਸ਼ੇ ਨੂੰ ਠੱਲ ਪਾਉਣ ਦੀ ਬਜਾਏ ਨਸ਼ੇ ਦਾ ਹੜ ਹੋਰ ਜ਼ਿਆਦਾ ਤੇਜ਼ ਹੋ ਗਿਆ ਹੈ ਪੰਜਾਬ ਦੇ ਵਿੱਚ। ਕਿਉਂਕਿ ਬਹੁਤ ਸਾਰੇ ਇਲਾਕਿਆਂ ਤੋਂ ਆਏ ਦਿਨ ਖਬਰਾਂ ਅਜਿਹੀਆਂ ਆਉਂਦੀਆਂ ਨੇ ਜਿੱਥੇ ਨੌਜਵਾਨ ਨਸ਼ੇ ਦੀ ਬਲੀ ਚੜ੍ਹ ਰਹੇ ਨੇ, ਅਤੇ ਸਰਕਾਰਾਂ ਦੂਜੇ ਪਾਸੇ ਇਹ ਦਾਅਵੇ ਕਰਦੀਆਂ ਨੇ ਕਿ ਆਏ ਦਿਨ ਨਸ਼ੇ ਦੀ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ, ਨਸ਼ਾ ਤਸਕਰ ਫੜੇ ਜਾ ਰਹੇ ਨੇ। ਪਰ ਫਿਰ ਵੀ ਪਿੰਡ ਦੇ ਚੌਂਕਾਂ 'ਤੇ ਨਸ਼ੇੜੀਆਂ ਦਾ ਆ ਕੇ ਨਸ਼ੇ ਵਾਸਤੇ ਡਿਮਾਂਡ ਕਰਨਾ, ਇਹ ਚੀਜ਼ ਨੂੰ ਸਾਬਿਤ ਕਰਦਾ ਹੈ ਕਿ ਪਿੰਡ ਦੇ ਵਿੱਚ ਨਸ਼ਾ ਤਸਕਰ ਮੌਜੂਦ ਨੇ, ਜਿਹਨਾਂ ਤੋਂ ਨਸ਼ਾ ਖਰੀਦਣ ਵਾਸਤੇ ਇਹ ਨੌਜਵਾਨ ਆਏ ਦਿਨ ਇੱਥੇ ਪਹੁੰਚਦੇ ਨੇ। ਹੁਣ ਵੇਖਣਾ ਹੋਵੇਗਾ ਪੁਲਿਸ ਅਤੇ ਪ੍ਰਸ਼ਾਸਨ, ਜੋ ਜਗ੍ਹਾ ਜਗ੍ਹਾ 'ਤੇ ਛਾਪੇਮਾਰੀ ਕਰ ਰਿਹਾ ਹੈ, ਆਖਿਰ ਇਸ ਪਿੰਡ 'ਤੇ ਕਦੋਂ ਛਾਪੇਮਾਰੀ ਕਰਦੇ ਨੇ, ਅਤੇ ਆਖਿਰ ਇਸ ਪਿੰਡ ਤੋਂ ਕਿਹੜੇ ਨਸ਼ਾ ਤਸਕਰ ਸਾਹਮਣੇ ਆਉਂਦੇ ਨੇ। ਬਾਕੀ ਪਿੰਡ ਵਾਲਿਆਂ ਦਾ ਵੀ ਫਰਜ਼ ਬਣਦਾ ਹੈ, ਜੇਕਰ ਉਹਨਾਂ ਨੂੰ ਪਤਾ ਹੋਵੇ ਕਿ ਪਿੰਡ ਦੇ ਵਿੱਚ ਨਸ਼ੇ ਦਾ ਕਾਲਾ ਧੰਦਾ ਕਰ ਕੌਣ ਰਿਹਾ ਹੈ, ਅਤੇ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਇਆ ਉਹਨਾਂ ਨੂੰ ਦੱਸਿਆ ਜਾਵੇ, ਇਤਲਾਹ ਕੀਤੀ ਜਾਵੇ, ਤਾਂ ਜੋ ਨਸ਼ੇ ਦੇ ਇਹਨਾਂ ਸੌਦਾਗਰਾਂ ਨੂੰ ਠੱਲ ਪਾਈ ਜਾ ਸਕੇ, ਚੱਕ ਕੇ ਜੇਲ੍ਹਾਂ 'ਚ ਸੁੱਟਿਆ ਜਾ ਸਕੇ, ਅਤੇ ਆਪਣੀ ਜਵਾਨੀ ਬਚਾਈ ਜਾ ਸਕੇ, ਆਪਣਾ ਪਿੰਡ ਸਾਫ਼ ਸੁਥਰਾ ਕੀਤਾ ਜਾ ਸਕੇ। ਉਮੀਦ ਕਰਦੇ ਹਾਂ ਪਿੰਡ ਵਾਲੇ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੁਲਿਸ ਅਤੇ ਪ੍ਰਸ਼ਾਸਨ ਨੂੰ ਜ਼ਰੂਰ ਇਤਲਾਹ ਕਰਨਗੇ। ਅਗਰ ਇਤਲਾਹ ਦੇਣ ਵਾਲਾ ਚਾਹੁੰਦਾ ਹੈ ਕਿ ਉਹਨਾਂ ਦਾ ਨਾਮ ਜੱਗ ਜ਼ਾਹਿਰ ਨਾ ਹੋਵੇ, ਤਾਂ ਪੁਲਿਸ ਅਤੇ ਪ੍ਰਸ਼ਾਸਨ ਉਸਨੂੰ ਵੀ ਜ਼ਰੂਰ ਗੁਪਤ ਰੱਖੇਗਾ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।